ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਨਾ 8 ਮਾਘ ਸੇਲ ਲਈ ਲੈ ਕੇ ਆਏ ਜੀ। ਆਓ ਪੁੱਛ ਲੈਂਦੇ ਬਾਈ ਤੁਹਾਡੀ ਅੱਜ ਵਿੱਚ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਠੀਕ ਠਾਕ ਜੀ, ਵਧੀਆ। ਨਾਮ ਤੇ ਐਡਰੈਸ ਬੋਲ। ਨਾਮ ਚਮਕੌਰ ਸਿੰਘ ਹੈ ਜੀ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਜੀ। ਨੇੜੇ ਪਿੰਡ ਬਾਈ? ਨੇੜੇ ਤਾਪਾ 4 ਕਿਲੋਮੀਟਰ ਹੈ ਜੀ। ਮੋਬਾਈਲ ਨੰਬਰ ਬੋਲ ਦੇ। 81-4-61 ਜੀ, 51-102। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ, ਕੀ ਡਿਟੇਲ ਹੈ ਜੀ? ਇਹ ਡਾਕਟਰ ਦੂਜਾ ਸੋਆ ਸੂਈ ਵੀ ਆ। ਖੋਲ ਦਿਓ ਬਾਈ ਨਾ, ਤੋੜ ਕੇ ਦਿਖਾ ਦਿਓ। ਅੱਛਾ, ਮੰਨ ਕੇ ਚੱਲ ਮਹੀਨਾ ਹੋ ਗਿਆ ਪੂਰਾ ਸੂਈ ਨੂੰ। ਠੀਕ ਆ। ਦੁੱਧ ਹੁਣ 14 ਲੀਟਰ ਜਮਾ ਆਪਾਂ ਮਿਣ ਕੇ ਦੇ ਦਾਂਗੇ। ਠੀਕ ਆ ਬਾਈ, ਬੱਚਾ ਚੋਲੇ 4 ਟਾਈਮ ਚੋਲੇ ਭਾਵੇਂ ਆਪਣੇ ਘਰੇ। ਓਕੇ, ਭਾਵਾਂ ਦੀ ਬਾਈ ਕਹਿੰਦਾ 2 ਟਾਈਮ 4 ਟਾਈਮ ਜਿੰਨਾ ਟਾਈਮ ਮਰਜ਼ੀ ਚੋਲਿਓ। ਫੇਸ ਬਿਊਟੀ ਚੰਗੀ ਆ, ਬੋਧੀ ਚੰਗੀ ਆ। ਬੱਚਾ ਕੀ ਆ ਬਾਈ? ਬੱਸਾ ਜੀ ਮਗਰ। ਆਹ ਬੱਚਾ ਇਹਦਾ ਹੀ ਆ। ਠੀਕ ਆ ਬਾਈ, ਤੇ ਮੁੱਲ ਕੀ ਆ ਭਰਾ ਦਾ? ਮੁੱਲ ਡਾਕਟਰ 45,000 ਰੁਪਇਆ। ਮਾਨਤਾਨ ਹੋ ਜੇ ਵਿੱਚੋਂ, ਮਾਨਤਾਨ ਕਰ ਦਾਂਗੇ। ਸੀਲ ਠੰਡੀ ਦਾ ਕੋਈ ਅੰਤ ਨਹੀਂ ਹੈ, ਜਿਵੇਂ ਮਰਜ਼ੀ ਬੈਠਾ ਰਹੋ। ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਨੇੜ ਤੋਂ, ਥਣ ਥਣ ਵੀ ਚੰਗਾ ਲੱਗਿਆ ਹਨਾ, ਬਾਹਲਾ ਚੰਗਾ ਥਣਾ ਜੀ। 45,000 ਰੁਪਇਆ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਣਾ। ਠੀਕ ਆ ਬੱਚੀ ਬਾਈ, ਚਵਾਈ ਚਵਾਈ ਠੰਡੀ ਠੁੰਡੀ ਜਮਾਂ ਇੱਕ ਨੰਬਰ ਹੈ ਜੀ। ਜੇ ਭੂਰ ਛਿੱਟਾ ਵੀ ਹੋਇਆ ਉਹਦੀ ਵੀ ਗਰੰਟੀ ਆ ਆਪਣੀ। ਠੀਕ ਆ, ਅੱਗੇ ਵੀ ਹੋਣੀ ਆ, ਲੈ ਜਿਵੇਂ ਮਰਜ਼ੀ ਹੱਥ ਲਾਈ ਚੱਲ ਬਾਈ, ਕਹਿੰਦਾ ਕੋਈ ਚੱਕਰ ਹੀ ਨਹੀਂ, ਕਹਿੰਦਾ ਜਿਵੇਂ ਮਰਜ਼ੀ ਬੈਠਾ ਰਿਹਾ ਹਨਾ। ਅੱਗੇ ਵੀਰੇ 2 ਨੰਬਰ ਕੀ ਡਿਟੇਲ ਹੈ ਜੀ? ਇਹ ਡਾਕਟਰ 2-2.5 ਮਹੀਨਿਆਂ ਦੀ ਸੂਈ ਵੀ ਆ। ਠੀਕ ਆ, ਤੇ ਦੁੱਧ ਦੇ ਥੱਲੇ ਹੁਣ 6 ਲੀਟਰ। ਠੀਕ ਆ, ਬੱਚਾ ਇਹਦਾ? ਸੀਲ ਠੰਡੀ ਹੈ ਵੀ ਬਹੁਤ ਆ। ਬੱਚਾ ਹੈਗਾ ਵੀਰੇ? ਨਹੀਂ ਬੱਚਾ ਨਹੀਂ ਹੈਗਾ ਜੀ ਡਾਕਟਰ ਇਹਦਾ। ਠੀਕ ਆ, ਖੋਲ ਦੇ ਬਾਈ, ਤੋੜ ਕੇ ਦਿਖਾ ਦੇ ਵੀ ਜਿਹਨੇ ਡੰਗ ਲਾਉਣਾ ਵਧਾ ਐ ਕਰੀ ਵਰਗਾ ਦੁੱਧ ਆ 6 ਕਿਲੋ। ਫੇਸ ਚੰਗਾ, ਰੰਗ ਰੂਪ ਚੰਗਾ, ਤੇ ਮੁੱਲ ਕੀ ਆ ਭਰਾ ਇਹਦਾ? ਮੁੱਲ ਡਾਕਟਰ 13,000 ਰੁਪਇਆ। ਮਾਨਤਾਨ ਹੋ ਜਾਊ? ਮਾਨਤਾਨ ਕਰ ਦਾਂਗੇ, ਸੀਲ ਸਾਹੂ ਇਹ ਵੀ ਬਹੁਤ ਆ। ਠੀਕ ਆ, ਲੈ ਬਾਈ ਗੰਢੀ ਸੀਲ ਪੂਰੀ ਆ, ਖਾਣ ਥੋਣ ਬਥੇਰਾ ਸੋਹਣਾ, ਕੱਲਾ ਕੱਲਾ ਪਿਆ। ਮੁੱਲ ਇਹਦਾ 13,000 ਅੱਗੇ ਬਾਈ, ਬੱਚੀ ਬਾਰੇ ਕਿੰਨੀ ਕੁ ਉਮਰ ਆ ਬਾਈ ਇਹਦੀ? ਡਾਕਟਰ ਦੋਨੇ ਬੱਚੇ 5-5 ਮਹੀਨਿਆਂ ਦੇ ਆ। ਦੋਨੇ ਬੱਚੇ 5-5 ਮਹੀਨਿਆਂ ਦੇ ਆ। ਠੀਕ ਆ, ਮਾਂ ਦਾ ਦੁੱਧ ਕਿੰਨਾ ਕਿੰਨਾ ਬਾਈ ਇਹਨਾਂ ਦਾ? ਇਹਨਾਂ ਦਾ ਇਹਦੇ ਥੱਲੇ ਤਾਂ ਹੈਗਾ ਸੀ 17-18 ਕਿਲੋ ਜੀ। ਤੇ ਆਹ ਬੱਚੀ ਦਾ ਹੋ ਗਿਆ 20 ਕਿਲੋ ਦਾ ਰਕਾਵਾ। ਠੀਕ ਆ, ਮੋੜ ਲਿਆ ਬਸ ਬਾਈ। ਤੇ ਟੀਕੇ ਪਤਾ ਕਿਹੜੇ ਕਿਹੜੇ ਦੀਆਂ ਨੇ? ਨਹੀਂ ਟੀਕੇ ਦਾ ਨਹੀਂ ਪਤਾ ਜੀ। ਠੀਕ ਆ ਬਾਈ, ਐਵੇਂ ਆਪਾਂ ਕਹੀ ਜਾਈਏ ਹਨਾ। ਉਮਰ ਛੋਟੀ ਆ, ਕੱਦ ਵਿੱਢ ਚੰਗੇ ਆ, ਫੇਸ ਫੂਸ ਦੇਖੋ ਬਾਈ, ਫੇਸ ਫੂਸ ਬਹੁਤ ਚੰਗੇ ਆ। ਕੀ ਮੁੱਲ ਆ ਜੋੜੇ ਦਾ? ਜੋੜੀ 6,000 ਦੀ ਦੇ ਦਾਂਗੇ। ਮਾਨਤਾਨ ਹੋ ਜੀ? ਮਾਨਤਾਨ ਕਰ ਦਾਂਗੇ। ਜਮਾ ਜਾਇਜ਼ ਰੇਟ ਜੋੜੀ ਹੋਈ ਬਾਈ ਕਹਿੰਦਾ 6,000 ਦੀ ਦੇ ਦਾਂਗੇ, ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜੀ। ਝੋਲੀ ਚੈੱਕ ਕਰਵਾਣੇ ਮਾੜੀ, ਬਾਲੀਆਂ ਚੰਗੀਆਂ, ਝੋਲੀਆਂ ਮੋਟੇ ਮੋਟੇ ਖਾਣਾ ਵਧੀਆ। ਸਹੀ ਗੱਲ ਆ ਬਈ, ਝੋਲੀ ਇਹਦੀ ਵੀ ਚੰਗੀ ਆ ਤੇ ਝੋਲੀ ਇਹਦੀ ਵੀ ਚੰਗੀ ਆ। ਮੁੱਲ ਵੀ ਜਾਇਜ਼ ਆ ਜੋੜੀ ਦਾ 6,000 ਰੁਪਇਆ। ਅੱਗੇ ਬਾਈ ਦੋਨੇ ਬੱਚੀਆਂ ਦਾ, ਇਹਨਾਂ ਦਾ ਵੀ ਜੋੜੀ ਦਾ ਹੀ ਕਰਨਾ ਬਾਈ? ਨਹੀਂ ਆ ਕੱਲੀ ਦਾ ਜੀ। ਹਾਂ, ਇਹ ਮੰਨ ਕੇ ਚੱਲ ਇਹ ਦੋਨੇ ਬੱਚੀਆਂ ਲੈਂਦਾ ਗਾ, ਇਹ ਬੱਚੀ ਆਪਾਂ ਨਾਲ ਗਿਫਟ ਹੀ ਤੇ ਆ, ਫ੍ਰੀ ਦੇ ਦੇ। ਹਾਂ ਫ੍ਰੀ ਦੇ ਦੇ। ਲੈ ਬਾਈ ਨੇ ਆਫਰ ਦੇਤੀ, 6,000 ਰੁਪਇਆ ਮੁੱਲ ਆ, ਮਾਨਤਾਨ ਵਿੱਚ ਹੋ ਜਾਣਾ ਤੇ ਨਾਲ ਆ ਬੱਚੀ ਦਾ ਮਾਨਤਾਨ ਹੀ, ਨਾਲ ਆ ਬੱਚੀ ਫ੍ਰੀ ਦੇ ਦੇ। ਹਾਂ ਬਾਈ, ਠੀਕ ਆ ਬਾਈ, ਝੋਲੀ ਇਹਦੀ ਵੀ ਚੰਗੀ ਆ, ਚਲੋ ਜੇ ਉਹ ਵੀ ਆ ਦੇਣ ਦੀ। ਬਸ ਥੋੜੀ ਫਿੱਕੀ ਫਿੱਕੀ ਆ, ਫਿੱਕੀ ਆ ਸਾਂਭ ਕੇ ਬਾਈ, ਚਾਰ ਚੂਰ ਖਾ ਕੇ ਤਾਂ ਬਣ ਜੂਗੀ ਵਧੀਆ ਹਨਾ। ਜੋੜੀ ਦੇ ਨਾਲ ਬਾਈ ਇੱਕ ਬੱਚੀ ਫ੍ਰੀ ਆ। ਤੇ ਅੱਗੇ ਆਹ ਬੱਚੀ ਬਾਈ, ਇਹ ਡਾਕਟਰ ਦੋਨੇ ਇਹਦੀ ਤਾਂ 9 ਮਹੀਨਿਆਂ ਦੀ ਉਮਰ ਆ ਬੱਚੀ ਦੀ। ਠੀਕ ਆ, ਤੇ ਆਹ ਬੱਚੀ ਹੈਗੀ ਆ ਜੀ 10 ਮਹੀਨਿਆਂ ਦੀ। 10 ਮਹੀਨਿਆਂ ਦੀ, ਠੀਕ ਆ। ਤੇ ਮਾਵਾਂ ਦਾ ਦੁੱਧ ਕਿੰਨਾ ਕਿੰਨਾ ਗਾ? 16-16 ਕਿਲੋ ਦੁੱਧ ਦਿੱਤਾ ਬਾਈ। ਝੋਲੀ ਇਹਦੀ ਵੀ ਚੰਗੀ ਆ ਤੇ ਝੋਲੀ ਬਾਈ ਇਹਦੀ ਵੀ ਚੰਗੀ ਆ।
ਜੋੜਾ ਜੋੜੇ ਦਾ ਮੁੱਲ ਕੀ ਹੈ ਫਿਰ? ਜੋੜੀ ਇਹ 8000 ਦੀ ਦੇ ਦਾਂਗੇ। 8000 ਜੋੜੀ ਵੀ ਹੈ ਨਾ? ਜੋੜੀ ਠੀਕ ਆ। ਜੋੜੀ ਵੀ ਬਾਈ ਕਹਿੰਦਾ 8000 ਦੀ ਦੇ ਦਾਂਗੇ, ਵਿੱਚੋਂ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾਣਾ। ਜੋੜੀ ਵੀ ਚੰਗੀ ਆ, ਜਰਸੀ ਜਾਣਾ ਬਾਈ, ਦੋਨੇ ਜਰਸੀਆਂ ਦੋਵੇਂ ਜੀ, ਦੋਨੇ ਜਰਸੀਆਂ ਨੇ ਬਾਈ। ਜੋੜੀ ਦਾ ਹੀ ਮੁੱਲ 8000 ਰੁਪਇਆ, ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾਊਗਾ। ਚੰਗੀਆਂ ਨੇ ਬੱਚੀਆਂ, ਕੱਦ ਵਿੱਢ ਚੰਗੇ ਆ ਤੇ ਸੇਵਾ ਹੋ ਗਈ ਦੱਬ ਕੇ ਬਾਈ, ਹੋਰ 4-4 ਮਹੀਨਿਆਂ ਤਾਈਂ ਇਹਨਾਂ ਨੇ ਟੀਕੇ ਲੈ ਲੈਣੇ ਹਨਾ ਬਾਈ। ਹਾਂ ਹਾਂ ਠੀਕ ਆ ਬਾਈ, ਠੀਕ ਆ। ਅੱਗੇ ਵੀਰੇ ਲਾਸਟ ਤੇ ਕਿੰਨੀ ਕੁ ਉਮਰ ਹੈ ਦੀ? ਇਹ ਹੈਗੀ 11 ਮਹੀਨੇ ਦੀ ਬੱਚੀ। ਠੀਕ ਆ ਬਾਈ। ਮਾਂ ਦਾ ਦੁੱਧ ਕਿੰਨਾ ਸੀ? ਇਹ ਮਾਂ ਦਾ 23 ਕਿਲੋ ਦੁੱਧ ਜਮਾ ਫੇਸ ਚੰਗਾ, ਕੱਦ ਵਿੱਢ ਚੰਗਾ, ਰੰਗ ਰੂਪ ਚੰਗਾ। ਇਹ ਵੀ ਜਰਸੀ ਕਰੋਫ ਜੀ ਪੈਗੀ ਜੀ। ਠੀਕ ਆ ਬਾਈ। ਤੇ ਇਹਦਾ ਮੁੱਲ ਕੀ ਆ ਬਾਈ? ਮੁੱਲ ਬਾਈ ਨੇ ਜਾਇਜ਼ ਰੱਖਿਆ 6000 ਰੁਪਇਆ ਮਾਨਤਾਨ ਜਿਹੜਾ ਮੌਕੇ ਤੇ। ਅੱਛਾ, ਦੰਦਾਂ ਜਮਾ ਆਪਾਂ ਦੰਦੀ ਵੀ ਦਿਖਾ ਦਿੰਨੇ। ਕੋਈ ਚੱਕਰ ਨੀ ਬਾਈ, ਦਿਖਾ ਦੇ। ਓਕੇ ਆ ਬਾਈ, ਮੁੱਲ ਵੀ ਜਾਇਜ਼ ਆ, 6000 ਰੁਪਇਆ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋਜੂ। ਇਹਦਾ ਮੁੱਲ ਬਾਈ ਨੇ 6 ਰੱਖਤਾ, ਇਹ ਜੋੜੀ ਦਾ 8000 ਰੁਪਇਆ ਤੇ ਆਹ ਜੋੜੀ ਦਾ 6000 ਰੁਪਇਆ ਤੇ ਨਾਲ ਆਹ ਬੱਚੀ ਫ੍ਰੀ ਦੇ ਦਾਂਗੇ। ਚੱਲ ਆਹ ਜੋੜੀ ਵੀ ਲੈਂਦਾ ਬਾਈ, ਇਹਦੇ ਨਾਲ ਫ੍ਰੀ ਦੇ ਦਿਓ ਹਨਾ। ਬਸ ਜਿਹੜੀ ਜੋੜੀ ਜੀ ਦੋਨਾਂ ਚੋਂ ਜਿਹੜੀ ਜੋੜੀ ਲੈਂਦਾ ਬਸ ਉਹ ਉਹਦੇ ਨਾਲ ਫ੍ਰੀ ਦੇ ਦਾਂਗੇ ਬਾਈ। ਕਹਿੰਦਾ ਆਹ ਬੈਡ ਦਾ ਮੁੱਲ 13000, ਇਹਦਾ ਮੁੱਲ ਇਹਦਾ 45000 45000 ਆਹ ਵੀ ਆਪਣੇ ਆਹ ਵੀ ਹੈ, ਇਹ ਵੀ ਬੱਚੀ ਦੇ ਦਾਂਗੇ। ਕਿੰਨੀ ਕੁ ਉਮਰ ਹੈ? ਇਹ ਹੈਗੀ 11 ਮਹੀਨੇ ਦੀ ਬੱਚੀ। ਠੀਕ ਆ ਬਾਈ। ਮਾਂ ਦਾ ਦੁੱਧ ਬਾਈ? ਮਾਂ ਦਾ ਦੁੱਧ 15 ਕਿਲੋ ਸੀ ਤੇ ਸੀਲ ਸਾਊ ਬਹੁਤ ਆਈ ਨਹੀਂ, ਥੋੜੀ ਚੰਗੀ ਹੈ ਨਾ, ਬਾਲੀ ਚਾ ਥਣ ਥਣਾ ਜਮਾ ਕੱਲੇ। ਮੁੱਲ ਬਾਈ ਇਹਦਾ? ਇਹ 4000 ਦੀ ਦੇ ਰਹੇ ਮਾਨਤਾਨ ਹੋ ਜਾਣਾ। ਮਾਨਤਾਨ 4000 ਰੁਪਇਆ ਮੁੱਲ ਮਾਨਤਾਨ ਜ਼ਰੂਰ ਹੋ ਜਾ ਤੇ ਕਿਸੇ ਵੀਰ ਨੂੰ ਕੋਈ ਵੀ ਨਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਡੇ ਨਾਲੋਂ ਧੰਨਵਾਦ।